ਹੇ ਲਸ਼ਾਂ ਥੱਲੇ ਦਬ ਗਿਆ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀਗੀ ਅਸੀਂ ਉਸ ਜਗ੍ਹਾ ਤੇ ਜਾਣਾ ਈ ਬੀਤ ਜਾਣੀਆਂ ਸਾਡੀ ਧਰਤੀ ਤੇ ਸਾਡੇ ਲੋਕਾਂ ਨੂੰ ਨਹੀਂ ਪਤਾ ਵੀ ਭਗਤ ਸਿੰਘ ਕੌਣ ਆ ਆਵਾਮ ਦੇ ਪੁੱਤ ਜੇ ਇੱਧਰ ਮਰਦੇ ਤਾਂ ਵੀ ਇੱਕ ਮਾਂ ਦਾ ਹੀ ਪੁੱਤ ਜਾਂਦਾ ਜੇ ਉੱਧਰ ਮਰਦੇ ਹੋ ਤਾਂ ਵੀ ਇੱਕ ਮਾਂ ਦਾ ਹੀ ਪੁੱਤ ਜਾਂਦਾ ਪੀਰਾਂ ਫਕੀਰਾਂ ਦੀ ਧਰਤੀ ਆ ਸਾਡੇ ਪੰਗੰਬਰਾਂ ਦੀ ਧਰਤੀ ਆ ਇਹ ਅਜਹੀਆਂ ਘਟਨਾਵਾਂ ਨਾ ਵਾਪਰਨ ਦੋਨਾਂ ਦੇਸ਼ਾਂ ਵਿੱਚ ਜਿਹੜੀ ਕੁੜੱਤਨ ਪੈਦਾ ਕਰੇ ਇਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਰਸਤੇ ਖੁੱਲੇ ਹੋ ਜਾਣ ਅਸੀਂ ਆਪਣੇ ਪਿੰਡ ਤੋਂ ਤੁਰਿਏ ਤੇ ਸਿੱਧਾ ਤੁਹਾਨੂੰ ਮਿਲ ਕੇ ਸ਼ਾਮੀ ਘਰ ਚਲ ਜੀਏ ਆਟੋ ਵਗੈਰਾ ਚ ਬੈਠ ਕੇ ਤਾਂ ਉਹ ਪੈਸੇ ਨਹੀਂ ਲੰਦੇ ਉਹ ਕਹਿ ਦਿੰਦੇ ਨੇ ਨਹੀਂ ਤੁਸੀਂ ਸਾਡੇ ਭਰਾ ਹੋ ਸਾਡੇ ਮਹਿਮਾਨ ਹੋ ਇਸੇ ਕਰਕੇ ਭਰਤਾ ਵਿਛੋੜੇ ਕਰਕੇ ਮਨ ਭਰਦਾ ਹੁੰਦਾ ਜਦੋਂ ਵਿਛੜਨ ਲੱਗਦਾ ਕੋਈ ਇੱਕ ਦੂਜੇ ਤੋਂ ਹੋਰ ਸਾਥੀਆਂ ਨੂੰ ਵੀ ਦੱਸਾਂਗੇ ਬਈ ਜੋ ਮਨ ਚ ਭਲੇਖੇ ਨੇ ਉਹ ਬਿਲਕੁਲ ਗਲਤ ਨੇ ਉੱਥੇ ਜਾ ਕੇ ਪਤਾ ਲੱਗਦਾ ਏ ਹੋ ਰੌਨਿਕ ਹੋ ਜੂ ਕਟਵੇ ਚੱਲ ਮੇਲੇ ਨੂੰ ਚੱਲੀਏ ਅਸੀਂ ਹੁਣ ਦੱਸਣ ਜੋਗੇ ਹੋ ਗਏ ਆ ਆਪਣੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਕਿ ਲਾਹੌਰ ਸ਼ਹਿਰ ਕਿੱਦਾਂ ਦਾ ਹੈ ਜੀ ਅਸਲਾਮੁਅਲੈਕਮ ਸਤਿ ਸ਼ਕਾਲ ਮੈਂ ਜਮ ਗਿੱਲ ਅੱਜ ਟਾਈਮ ਸਾਡੇ ਨਾਲ ਮੌਜੂਦ ਨੇ ਭਾਈ ਮਨਿੰਦਰ ਔਰ ਭਾਈ ਸਤਨਾਮ ਸੋ ਇਕਤਾ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਪਾਕਿਸਤਾਨ ਤੇ ਨਾਲ ਇਹਨਾਂ ਨਾਲ ਗੱਲਬਾਤ ਕਰਨੇ ਆ ਜੀ ਵੈਲਕਮ ਭਾਜੀ ਪਾਕਿਸਤਾਨ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਤੁਹਾਨੂੰ ਵੀ ਭਾਜੀ ਧੰਨਵਾਦ ਜੀ ਕਿਵੇਂ ਲੱਗਾ ਭਾਜੀ ਪਹਿਲੇ ਇਸ ਨਾਮ ਨਾਲ ਗੱਲਬਾਤ ਕਰਨੇ ਆ ਪਾਕਿਸਤਾਨ ਆ ਕੇ ਭਾਜੀ ਬਹੁਤ ਵਧੀਆ ਲੱਗਿਆ ਆਪਣੀ ਜੋ ਮਿੱਟੀ ਹੁੰਦੀ ਹੈ ਅਸੀਂ ਕਹਿੰਦੇ ਪੰਜਾਬ ਸਾਂਝਾ ਸੀ ਕਿਸੇ ਸਮੇਂ ਤਾਂ ਉਹ ਉਸ ਚੀਜ਼ ਦੀ ਖੇਚਤਾ ਰਹਿੰਦੀ ਹੈ ਪੰਜਾਬ ਪਾਕਿਸਤਾਨ ਆ ਕੇ ਕਿਸੇ ਸਿੱਖ ਨੂੰ ਨਹੀਂ ਵਧੀਆ ਲੱਗੇਗਾ ਜਿਸ ਤਰ੍ਹਾਂ ਤੁਸੀਂ ਮੱਕੇ ਜਾਂਦੇ ਹੋ ਤਾਂ ਮਦੀਨੇ ਜਾਂਦੇ ਹੋ ਤਾਂ ਇੱਕ ਖੇਚ ਹੁੰਦੀ ਹੈ ਹੈਨਾ ਹਰ ਇੱਕ ਮੁਸਲਮਾਨ ਚਾਹੁੰਦਾ ਹੈ ਕਿ ਉਹ ਇੱਕ ਇੱਕ ਨਾ ਇੱਕ ਦਿਨ ਮੱਕੇ ਜਾ ਕੇ ਹੱਜ ਕਰਕੇ ਆਵੇ ਸੋ ਉਹੀ ਚੀਜ਼ ਸੀਗੀ ਉਹ ਫੀਲਿੰਗ ਜਿਹੜੀ ਸੀਗੀ ਅੰਦਰ ਸੀ ਪ੍ਰਬਲ ਸੀ ਤੇ ਇੱਥੇ ਆ ਜਦੋਂ ਆਏ ਆ ਤੇ ਫਿਰ ਉਪਾਵਨਾਵਾਂ ਜਿਹੜੀਆਂ ਹੈਗੀਆਂ ਫਿਰ ਬੰਦੇ ਦੇ ਬਾਹਰ ਆ ਜਾਂਦੀਆਂ ਉਸ ਤੋਂ ਇਲਾਵਾ ਆਵਾਮ ਦਾ ਜੋ ਪਿਆਰ ਹੈ ਉਹ ਤਾਂ ਉਹਦੇ ਤਾਂ ਕੀ ਕਹਨੇ ਤੇ ਅੱਜ ਆਖਰੀ ਦਿਨ ਹੈ ਤੁਹਾਡਾ ਲਾਹੌਰ ਵਿੱਚ ਬਿਲਕੁਲ ਅੱਜ ਆਖਰੀ ਦਿਨ ਹੈ ਸੋ ਐਦਾਂ ਲੱਗਦਾ ਹੁਣ ਤਾਂ ਕਿ ਜਿੱਦਾਂ ਇੱਥੇ ਜੰਮੇ ਹੁੰਨੇ ਆ ਵਾਪਸ ਚਾਹ ਨੂੰ ਦਿਲ ਨਹੀਂ ਕਰ ਹੁਣ ਕੀ ਕਹੀਏ ਜਲਵੀ ਕਰਦਾ ਹੈ ਆਪਣਾ ਉਹ ਵੀ ਯਾਦ ਆਂਦਾ ਆਪਣਾ ਮੁਲਕ ਵੀ ਯਾਦ ਆਂਦਾ ਆਪਣਾ ਵੀ ਪਰਿਵਾਰ ਹੈ ਉੱਥੇ ਵੀ ਯਾਦ ਆਂਦਾ ਦੁਚਿੱਤੀ ਵਿੱਚ ਹੁੰਦਾ ਮਨ ਹੁਣ ਮਨ ਉਖੜਿਆ ਉਖੜਿਆ ਹੈ ਜਾਣ ਨੂੰ ਵੀ ਮਨ ਨਹੀਂ ਕਰਦਾ ਤੇ ਉਹ ਉਹ ਖਿੱਚਦੀ ਰਹੀ ਐ ਉੱਥੇ ਦਾ ਪਿਆਰ ਵੀ ਖਿੱਚ ਰਿਹਾ ਸਾਡਾ ਦਿਲ ਕਰਦਾ ਤੁਸੀਂ ਇੱਥੇ ਰਹੋ ਤੁਸੀਂ ਆਪਣੇ ਸਰਕਾਰ ਨੂੰ ਕਹੋ ਸਾਨੂੰ ਵੀਜ਼ਾ ਦੇ ਦੇ ਵੀ ਅਸੀਂ ਰਹਿ ਜਾਾਂਗੇ ਭਾਜੀ ਭਾਜੀ ਮੈਂ ਮੈਂ ਤਾਂ ਕਹਿਣਾ ਕਿ ਇਹ ਮਸਲੇ ਸਾਰੇ ਮੁੱਕ ਜਾਣ ਇਹ ਸਰਹੱਦ ਜਿਹੜੀ ਹੈਗੀ ਆ ਉਹ ਖੁੱਲ ਜੇ ਆ ਪਰਮਾਤਮਾ ਕਰੇ ਕਿ ਸਾਰਿਆਂ ਨੂੰ ਇਹ ਸਮਝ ਦੇਵੇ ਕਿ ਚੀਜ਼ਾਂ ਰਹਿਣ ਨਾ ਬਾੜਾਂ ਇਹ ਖਤਮ ਹੋ ਜਾਣ ਸਰਹੱਦਾਂ ਖਤਮ ਹੋ ਜਾਣ ਰਸਤੇ ਖੁੱਲੇ ਹੋ ਜਾਣ ਅਸੀਂ ਆਪਣੇ ਪਿੰਡ ਤੋਂ ਤੁਰੀਏ ਤੇ ਸਿੱਧਾ ਤੁਹਾਨੂੰ ਮਿਲ ਕੇ ਸ਼ਾਮੀ ਘਰ ਚੱਲ ਜੀਏ ਤੁਸੀਂ ਇੱਧਰੋਂ ਆਓ ਤੇ ਸਾਨੂੰ ਮਿਲ ਕੇ ਸ਼ਾਮੀ ਇੱਧਰ ਆਜੋ ਇਹ ਮਸਲਾ ਹੀ ਖਤਮ ਹੋ ਜਾਣ ਪਰਮਾਤਮਾ ਕਹੇ ਵਰਣਾ ਸਾਹਿਬ ਕੋ ਪੁੱਛਨੇ ਆ ਕਿੱਥੇ-ਕਿੱਥੇ ਗਏ ਹੋ ਪਾਜੀ ਬੜੀਆਂ ਅਜਹੀਆਂ ਜਗ੍ਹਾ ਨੇ ਜਿਹੜੀਆਂ ਦੇਖੀਆਂ ਨੇ ਆ ਬਹੁਤ ਇਤਿਹਾਸ ਦੇਖਣ ਨੂੰ ਮਿਲਿਆ ਜੋ ਸਾਡਾ ਇਤਿਹਾਸ ਸੀਗਾ ਉਹ ਇੱਥੇ ਪਿਆਏ ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੀ ਸਾਡਾ ਇਤਿਹਾਸ ਸੀਗਾ ਕੀ ਹੈ ਇਦੇ ਬਾਰੇ ਇੱਥੇ ਦੇਖ ਕੇ ਮਨ ਨੂੰ ਇੰਨਾ ਖਿੱਚ ਪੈਦਾ ਹੁੰਦੀ ਆ ਕਿ ਇਹ ਸਾਡਾ ਦੇਸ਼ ਹੈ ਸਾਡਾ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਹੈ ਅੱਜ ਉਹਨਾਂ ਦੇ ਸੰਬੰਧ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਸਾਹੀ ਕਿਲਾ ਦੇਖਿਆ ਉਹਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ ਮਨ ਇਦਾਂ ਕਰਦਾ ਸੀਗਾ ਕਿ ਦਾਦ ਦੀਏ ਸਾਰਿਆਂ ਨੂੰ ਦਿਖਾ ਦਈਏ ਵੀ ਇੱਥੇ ਸਾਡਾ ਕੀ ਕੁਝ ਹੈ ਪਰ ਮਜਬੂਰੀਆਂ ਨੇ ਜਿਹੜੀਆਂ ਹਰ ਕਿੱਥੇ ਆ ਨਹੀਂ ਸਕਦਾ ਸਾਡੇ ਲੋਕ ਸੋਚਦੇ ਨੇ ਬਈ ਪਤਾ ਨਹੀਂ ਉੱਥੇ ਕਿਦਾਂ ਦੇ ਹਾਲਾਤ ਹੋਣਗੇ ਕੀ ਨੇ ਪਰ ਇਦਾਂ ਲੱਗਦਾ ਇਹ ਇੱਥੋਂ ਕੱਲ ਜਾਣਾ ਹੈ ਬਈ ਜਿਵੇਂ ਕੁਝ ਗਵਾਚ ਗਿਆ ਹੁੰਦਾ ਈ ਮਨ ਉਦਾਸ ਹੈ ਗਵਾਚ ਗਿਆ ਹੁੰਦਾ ਈ ਇਦਾਂ ਦਿਲ ਕਰਦਾ ਤੁਹਾਨੂੰ ਨਾਲ ਲੈ ਚਲੀਏ ਹਾਂ ਕੀ ਕਰੀਏ ਹੁਣ ਮਜਬੂਰੀਆਂ ਨੇ ਭਾਜੀ ਜੋ ਸਰਕਾਰ ਦੀ ਪ੍ਰੋਟੋਕਾਲ ਆ ਉਹਦੇ ਵਿੱਚ ਰਹਿਣਾ ਪੈਣਾ ਈ ਸਾਰੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਫੋਲੋ ਕਰਨਾ ਪੈਣਾ ਈ ਮਜਬੂਰੀਆਂ ਨੇ ਪਰ ਅਸੀਂ ਤਾਂ ਕਹਿੰਨੇ ਜਿਹੜੀਆਂ ਸਰਹੱਦਾਂ ਨੇ ਬਿਲਕੁਲ ਖਤਮ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਦੂਜੇ ਨੂੰ ਮਿਲੀਏ ਵਰਤੀਏ ਸਾਡੇ ਭਾਈਓ ਤੁਸੀਂ ਅਸੀਂ ਇਕੱਠੇ ਰਹਿੰਦੇ ਰਿਆਂ ਸਾਡਾ ਸਾਂਝਾ ਪੰਜਾਬ ਸੀਗਾ ਕਿਸੇ ਟਾਈਮ ਤੇ ਅੱਜ ਆ ਜਿਹੜਾ ਬਹੁਤ ਮਾੜੇ ਹਾਲਾਤ ਨੇ ਜਿਹੜੇ ਅਸੀਂ ਇਹ ਦੌਰ ਚੋਂ ਗੁਜ਼ਰ ਰਹੇ ਹਾਂ ਸਾਡੀ ਕੋਈ ਬਦਕਿਸਮਤੀ ਨਹੀਂ ਰਹੀ ਹੈ ਇਹ ਜਿਹੜਾ ਸਾਨੂੰ ਇਹ ਦਿਨ ਦੇਖਣੇ ਪਏ ਨੇ ਇੱਥੇ ਕਿੱਥੇ ਗਏ ਹੋ ਨਨਕਾਣਾ ਸਾਹਿਬ ਤੋਂ ਬਾਅਦ ਨਨਕਾਣਾ ਸਾਹਿਬ ਤੋਂ ਬਾਅਦ ਭਾਜੀ ਅਸੀਂ ਪੰਜਾ ਸਾਹਿਬ ਤੇ ਹੋਰ ਗੁਰੂ ਧਾਮਾਂ ਦੀ ਯਾਤਰਾ ਕੀਤੀ ਆ ਤੇ ਉਸ ਤੋਂ ਬਾਅਦ ਅਸੀਂ ਆਪਣਾ ਲਾਹੌਰ ਆ ਗਏ ਆ ਲਾਹੌਰ ਦੇ ਵਿੱਚ ਕਿਹਾ ਜਾਂਦਾ ਏ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਸਾਨੂੰ ਲੱਗ ਰਿਹਾ ਏ ਕਿ ਹੁਣ ਸਾਡਾ ਜਨਮ ਹੋ ਗਿਆ ਏ ਬਈ ਜੰਮ ਪਏ ਹੋ ਬਈ ਅੱਜ ਬਸ ਹੁਣੇ ਜੰਮੇ ਆ ਥੋੜੇ ਦਿਨ ਹੋਏ ਆ ਤੇ ਬੜਾ ਵਧੀਆ ਲੱਗਿਆ ਲਾਹੌਰ ਦੇ ਵਿੱਚ ਮਤਲਬ ਜੰਮੇ ਹੋ ਤੇ ਹੁਣ ਵਾਪਸ ਭੇਜ ਰਹੇ ਹਾਂ ਬਸ ਬਿਲਕੁਲ ਹੁਣੇ ਸਮਝ ਲੈ ਜੰਮ ਕੇ ਹੁਣ ਘਰ ਜਾ ਰਹੇ ਹਾਂ ਆਪਣੇ ਜਵਾਨੀਆਂ ਵੀ ਇੱਥੇ ਮਨਣ ਦਾ ਕਿਸਮਾ ਸਬਬ ਬਣਦਾ ਰਹੇ ਆਂਦੇ ਰਹੋਗੇ ਫਿਰ ਦੁਬਾਰਾ ਤੋਂ ਜਰੂਰ ਬਾਈ ਜਰੂਰ ਹੁਣ ਜਦੋਂ ਵੀ ਮੌਕਾ ਮਿਲੂਗਾ ਅਸੀਂ ਗਵਾਵਾਂਗੇ ਨਹੀਂ ਇੱਥੇ ਜ਼ਰੂਰ ਆਵਾਂਗੇ ਸਾਡੇ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਡੇ ਪੰਗੰਬਰਾਂ ਦੀ ਧਰਤੀ ਹੈ ਇਹ ਇਹ ਧਰਤੀ ਤੇ ਕੌਣ ਨਹੀਂ ਚਾਹੂਗਾ ਆਉਣਾ ਕੋਈ ਸ਼ਿਕਾਇਤ ਨਹੀਂ ਇੱਥੋਂ ਦੇ ਲੋਕਾਂ ਦੀ ਕੋਈ ਨਹੀਂ ਪਰ ਇੱਕ ਗੱਲ ਜ਼ਰੂਰ ਆ ਬਾਈ ਜੀ ਅਸੀਂ ਕਾਟੋ ਚ ਬੈਠੇ ਆਟੋ ਵਾਲੇ ਨੂੰ ਕਿਹਾ ਵੀ ਜਿੱਥੇ ਸਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀਗੀ ਅਸੀਂ ਉਸ ਜਗ੍ਹਾ ਤੇ ਜਾਣਾ ਹੈ ਆਟੋ ਵਾਲੇ ਨੇ ਅੱਗੋਂ ਕਿਹਾ ਕਿ ਉਹ ਕੌਣ ਸੀਗਾ ਇੱਥੇ ਇੱਕ ਸਰਦਾਰ ਦਾ ਨਾਮ ਤਾਂ ਤੁਹਾਡੇ ਦਾ ਸੁਣੀਦਾ ਹੈ ਵੀ ਉਹਨੂੰ ਫਾਂਸੀ ਦਿੱਤੀ ਗਈ ਸੀ ਮਨ ਬੜਾ ਦੁਖੀ ਹੋਇਆ ਯਾਰ ਸਾਡੀ ਧਰਤੀ ਤੇ ਸਾਡੇ ਲੋਕਾਂ ਨੂੰ ਨਹੀਂ ਪਤਾ ਵੀ ਭਗਤ ਸਿੰਘ ਕੌਣ ਆ ਮਹਾਰਾਜਾ ਰਣਜੀਤ ਸਿੰਘ ਕੌਣ ਆ ਇਹ ਕੌਣ ਦੱਸੂਗਾ ਇਹ ਸਰਕਾਰ ਅਸਲ ਵਿੱਚ ਪੰਜਾਬੀ ਜਿਹੜੀ ਆ ਉਹ ਸਿਲੇਬਸ 'ਚ ਪੜ੍ਹਾਈ ਨਹੀਂ ਜਾਂਦੀ ਇੱਥੇ ਤਾਂ ਪੜ੍ਹਾਈ ਜਾਵੇ ਤਾਂ ਹੀ ਦੱਸੇਗੀ ਅਸੀਂ ਕੋਈ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਆ ਕਿ ਇੱਥੇ ਪੰਜਾਬੀ ਜਿਹੜੀ ਆ ਉਹ ਪੜ੍ਹਾਈ ਜਾਵੇ ਤਾਂ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਨਾ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਮਸਲਾ ਹੱਲ ਹੋ ਜਾਏਗਾ ਸੋ ਅਸੀਂ ਜਿਹੜੇ ਜਿੰਨੇ ਵੀ ਸਾਡੇ ਜਿਹੜੇ ਜਾਣਨ ਵਾਲੇ ਜਾਂ ਮੈਂ ਮਿਲਿਆ ਸਾਨੂੰ ਤਾਂ ਪਤਾ ਅਸੀਂ ਤਾਂ ਤੁਹਾਨੂੰ ਦੱਸਿਆ ਕਿ ਫਲਾਨੀ ਜਗ੍ਹਾ ਚਲੇ ਜਾਓ ਫਲਾਨੀ ਜਗ੍ਹਾ ਚਲੇ ਜਾਓ ਇਸ ਤਰ੍ਹਾਂ ਹੀ ਆ ਕਿ ਨਹੀਂ ਤਾਂ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਨਹੀਂ ਪਤਾ ਸੋ ਬਹੁਤ ਘੱਟ ਪਤਾ ਵਾ ਤੇ ਇਹ ਵੀ ਵਜ੍ਹਾ ਹੈ ਬਿਲਕੁਲ ਆਮ ਲੋਕਾਂ ਨੂੰ ਜਿਹੜੀ ਹੈਗੀ ਉਹਨੀ ਅਵੇਅਰਨੈਸ ਨਹੀਂ ਆ ਅਸੀਂ ਜਦੋਂ ਇੱਥੇ ਜਾਂਦੇ ਆ ਇੱਕ ਇੱਕ ਦੀ ਬੁੱਕ ਸ਼ਾਪ ਦੇ ਉੱਤੇ ਖੜ ਗਿਆ ਸੀਗਾ ਕੋਈ ਬੁੱਕ ਗੁਰਮੁਖੀ ਵਿੱਚ ਵੀ ਹੈਗੀ ਆ ਸੋ ਉੱਥੇ ਗੁਰਮੁਖੀ ਵਿੱਚ ਸਾਨੂੰ ਕੋਈ ਬੁੱਕ ਮਿਲੀ ਨਹੀਂ ਤੇ ਉਹ ਫਿਰ ਉੱਥੇ ਸਾਡੇ ਉਹਨਾਂ ਨਾਲ ਇਸ ਗੱਲ ਨੂੰ ਲੈ ਕੇ ਕਾਫੀ ਗੱਲਬਾਤ ਹੋਈ ਉਹ ਕਹਿੰਦੇ ਕਿ ਪੰਜਾਬੀ ਲਿਖਣ ਦਾ ਅੰਦਾਜ਼ ਇਹ ਆ ਜਿਹੜਾ ਅਸੀਂ ਲਿਖਦੇ ਆ ਅਸੀਂ ਕਹਿ ਰਹੇ ਸੀ ਕਿ ਸਾਡਾ ਪੰਜਾਬੀ ਲਿਖਣ ਦਾ ਸਾਡੀ ਗੁਰਮੁਖੀ ਦੇ ਵਿੱਚ ਅਸੀਂ ਪੰਜਾਬੀ ਲਿਖਦੇ ਆਂ ਸੋ ਵਰਡ ਉਹੀ ਹੈ ਲਫ਼ਜ਼ ਉਹੀ ਹੈ ਤਾਂ ਤੁਸੀਂ ਆਪਣੀ ਲਿਪੀ ਦੇ ਵਿੱਚ ਲਿਖਦੇ ਹੋ ਅਸੀਂ ਆਪਣੀ ਲਿਪੀ ਦੇ ਵਿੱਚ ਪੀ ਅੰਤਰ ਦਾ ਫਰਕ ਹੈ ਬੋਲਣ ਚ ਤਾਂ ਇੱਕੀ ਹੈ ਬੋਲਣ ਜ਼ੁਬਾਨ ਤਾਂ ਇੱਕੀ ਹੈ ਬੋਲਦੇ ਇੱਕੋ ਤਰ੍ਹਾਂ ਹੀ ਕਿਉਂਕਿ ਅਸੀਂ ਵਾਚਿਆ ਨਹੀਂ ਇੱਥੇ ਆਏ ਨਹੀਂ ਤੇ ਮਹਾਰਾਜ ਨੇ ਉਹਨੂੰ ਸੋਨੇ ਸੋਨੇ ਦਾ ਮਤਲਬ ਸੋਨਾ ਤੋਲ ਦਿੱਤਾ ਤਵੇ ਦੇ ਬਰਾਬਰ ਅਜਹੀਆਂ ਕਹਾਣੀਆਂ ਤਾਂ ਅਸੀਂ ਸੁਣੀ ਹੈ ਕੋਈ ਬਜ਼ੁਰਗ ਅਨਾਜ ਲੈ ਕੇ ਜਾ ਰਿਆ ਸੀ ਉਹਨੂੰ ਮਹਾਰਾਜ ਆਪ ਚੱਕ ਕੇ ਅਨਾਜ ਦੇ ਕੇ ਆਇਆ ਇਹ ਕਹਾਣੀਆਂ ਅਸੀਂ ਪੜੀਆਂ ਕਿਉਂਕਿ ਇਹ ਮਸ਼ਹੂਰ ਕਹਾਣੀਆਂ ਹਨ ਪਰ ਬਹੁਤ ਕਹਾਣੀਆਂ ਹੈ ਜਿਹੜੀਆਂ ਮਹਾਰਾਜ ਦੇ ਰੋਜ਼ਾਨਾ ਜੀਵਨ ਦੀਆਂ ਹਨ ਮਹਾਰਾਜ ਰਣਜੀਤ ਸਿੰਘ ਦੇ ਰੋਜ਼ ਦੇ ਜਿਹੜੇ ਕੰਮ ਸੀ ਉਹਨਾਂ ਦੀਆਂ ਉਹਨਾਂ ਦਾ ਸੁਭਾਅ ਕਿਦਾਂ ਦਾ ਸੀ ਗੱਲਬਾਤ ਕਿਦਾਂ ਕਰਦੇ ਸੀ ਉਹ ਸਾਰੀਆਂ ਗੱਲਾਂ ਜਿਹੜੀਆਂ ਜਿੱਥੇ ਕਿਉਂਕਿ ਘਟਨਾਵਾਂ ਇੱਥੇ ਵਾਪਰੀਆਂ ਇੱਥੇ ਦੇ ਲੋਕਾਂ ਨੂੰ ਜਿਹੜੇ ਉਸ ਇਤਿਹਾਸ ਨੂੰ ਸੰਭੀ ਬੈਠੇ ਉਹਨਾਂ ਨੂੰ ਤਾਂ ਪਤਾ ਪਰ ਸਾਡੇ ਲਈ ਸ਼ਰਮ ਦੀ ਗੱਲ ਮੈਨੂੰ ਲੱਗੀ ਕਿ ਸਾਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਸੋ ਜਾਣਕਾਰੀ ਸਾਨੂੰ ਇਹ ਲੈਵਲ ਤੱਕ ਹੋਣੀ ਚਾਹੀਦੀ ਆ ਬਿਲਕੁਲ ਜੀ ਦੋ ਪਾਸੇ ਦੇ ਜਿਹੜੇ ਲੋਗ ਨੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਸਾਂਝੀ ਕਰਨਗੇ ਇਹ ਗੱਲ ਤਾਂ ਦੱਸਣਗੇ ਤੇ ਦੋ ਪਾਸੇ ਪੜਾਇਆ ਜਾਏਗਾ ਕਿ ਹਕੀਕਤ ਕੀ ਹੈ ਸੋ ਬਾਈ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਸ ਤਰ੍ਹਾਂ ਇਹ ਪਤਾ ਲੱਗੇਗਾ ਇਹਨਾਂ ਚੀਜ਼ਾਂ ਦਾ ਤੁਸੀਂ ਕੀ ਆਨੇ ਹੋ ਬਾਈ ਇਹ ਤਾਂ ਜਿਹੜਾ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਸਰਕਾਰਾਂ ਨੇ ਉਹਨਾਂ ਨੂੰ ਅੱਗੇ ਹੋ ਕੇ ਇਹ ਚੀਜ਼ਾਂ ਨੂੰ ਇਤਿਹਾਸ ਨੂੰ ਅੱਗੇ ਤੱਕ ਜੇ ਜਿਉਂਦਾ ਰੱਖਣਾ ਹੈ ਤਾਂ ਉਹਨਾਂ ਨੂੰ ਰਲ ਕੇ ਇਹਦੇ ਸਬੰਧੀ ਸਾਰਾ ਕੋਈ ਸਿਸਟਮ ਤਿਆਰ ਕਰਨਾ ਚਾਹੀਦਾ ਹੈ ਇਹ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਇਤਿਹਾਸ ਦੱਸਿਆ ਜਾਵੇ ਤੇ ਤਾਂ ਹੀ ਅੱਗੇ ਜਿਹੜਾ ਸਾਡਾ ਇਤਿਹਾਸ ਆ ਉਹ ਜਿੰਦਾ ਰਹੂਗਾ ਨਹੀਂ ਤਾਂ ਸਾਡਾ ਜਿਹੜਾ ਇੰਨਾ ਮਹਾਨ ਇਤਿਹਾਸ ਰਿਹਾ ਹੈ ਸਾਡੇ ਪੰਜਾਬ ਦਾ ਉਹ ਕਿਤੇ ਨਾ ਕਿਤੇ ਖਤਮ ਹੋਣ ਦੀ ਕਗਾਰ ਤੇ ਖੜਾ ਹੈ ਦੂਸਰੀ ਗੱਲ ਕਿ ਬੇਸ਼ੱਕ ਕੰਦਾ ਐਵੇਂ ਹੀ ਰਹਿਣ ਦਿਓ ਵਾਰਡ ਐਵੇਂ ਹੀ ਲੱਗੀ ਰਹਿਣ ਦਿਓ ਵੀਜ਼ਿਆਂ 'ਚ ਨਰਮੀ ਕਰ ਦਿਓ ਦੋ ਪਾਸੇ ਦੇ ਲੋਕ ਜਿਹੜੇ ਆਉਣ ਜਾਣ ਤਾਂ ਇੱਕ ਦੂਜੇ ਨੂੰ ਮਿਲ ਸਕਣ ਕਿਉਂ ਭਾਈ ਜੀ ਇਸ ਤਰ੍ਹਾਂ ਹੀ ਹੈ ਬਿਲਕੁਲ ਸੋਇ ਅਵਾਮ ਦੇ ਵਿੱਚ ਤਾਂ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਆ ਨਹੀਂ ਅਵਾਮ 'ਚ ਤਾਂ ਤੁਸੀਂ ਦੇਖ ਲਿਆ ਇੱਥੋਂ ਦੇ ਲੋਕ ਤੁਹਾਨੂੰ ਮਿਲੇ ਆ ਮੇਰੇ ਕਹਿੰਦਾ ਮਤਲਬ ਇਹ ਆ ਕਿ ਜੇ ਮਿਲਣਗੇ ਨਹੀਂ ਫਿਰ ਤਾਂ ਫਿਰ ਤਾਂ ਗੱਲ ਹੈ ਹੀ ਆ ਨਾ ਜੇ ਆਈ ਨਹੀਂ ਸਕਦੇ ਮਿਲ ਨਹੀਂ ਸਕਦੇ ਇੱਕ ਦੂਜੇ ਨੂੰ ਫਿਰ ਤਾਂ ਗੱਲ ਹੈ ਹੀ ਫਿਰ ਤਾਂ ਇੱਕ ਮਸਲਾ ਹੋ ਹੀ ਗਿਆ ਨਾ ਕਿਉਂਕਿ ਅਵਾਮ ਦੇ ਮਿਲਣ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਵਾਮ ਇੱਧਰ ਆਵੇ ਅਵਾਮ ਉੱਧਰ ਜਾਵੇ ਪਰ ਬਹੁਤ ਤਰੀਕੇ ਹੁੰਦੇ ਨੇ ਬਹੁਤ ਸਾਰੇ ਦੇਸ਼ ਇਦਾਂ ਦੇ ਆ ਜਿਹੜੇ ਜਿਨ੍ਹਾਂ ਦੇ ਬਾਰਡਰ ਇੱਕ ਦੂਜੇ ਨਾਲ ਲੱਗਦੇ ਨੇ ਦੋਨਾਂ ਦੇਸ਼ਾਂ ਦਾ ਕੰਮਕਾਰ ਆਪਣਾ ਆਪਣਾ ਏ ਤੇ ਫਿਰ ਵੀ ਉਹ ਲੋਕ ਇੱਕ ਦੂਜੇ ਵੱਲ ਜਾਂਦੇ ਆ ਬਾਰਡਰ ਪਰ ਪੂਰੀ ਰੂਪ ਵਿੱਚ ਖੁੱਲੇ ਆ ਸਾਡੇ ਭਾਰਤ ਤੋਂ ਵੀ ਕਈ ਨੇਪਾਲ ਦੇ ਬਾਰਡਰ ਜਿਹੜੇ ਹੈਗੇ ਨੇ ਉਹ ਖੁੱਲੇ ਨੇ ਕੰਮਕਾਰ ਉਸ ਤਰ੍ਹਾਂ ਚੱਲਦਾ ਹੈ ਸੋ ਪ੍ਰਮਾਤਮਾ ਕਰੇ ਕਿ ਇਸ ਤਰ੍ਹਾਂ ਦੇ ਦਿਨ ਆ ਜਾਣ ਕਿ ਇਸ ਤਰ੍ਹਾਂ ਹੋ ਸਕੇ ਕਿਉਂਕਿ ਬਹੁਤ ਸਾਰੀਆਂ ਹਾਂ ਬਹੁਤ ਸਾਰੀ ਘਟਨਾਵਾਂ ਐਦਾਂ ਦੀਆਂ ਹੁੰਦੀਆਂ ਕਿ ਜਿਹੜੀਆਂ ਅਜਿਹੇ ਯਤਨਾਂ ਨੂੰ ਫਿਰ ਪਿੱਛੇ ਲਿਆ ਜਾਂਦੀਆਂ ਸੋ ਪ੍ਰਮਾਤਮਾ ਇਹ ਕਰੇ ਮੈਂ ਤਾਂ ਇਹ ਅਰਦਾਸ ਕਰਦਾ ਕਿ ਪ੍ਰਮਾਤਮਾ ਕਰੇ ਕਿ ਇਹ ਅਜਹਈਆਂ ਘਟਨਾਵਾਂ ਨਾ ਵਾਪਰਨ ਦੋਨਾਂ ਦੇਸ਼ਾਂ ਵਿੱਚ ਜਿਹੜੀ ਕੁੜੱਤਨ ਪੈਦਾ ਕਰੇ ਕਾਂ ਵੀ ਕਿਤੇ ਵੀ ਹੋਵੇ ਇਸ ਬਾਰਡਰ ਤੇ ਹੋਵੇ ਜਾਂ ਸਰਹੱਦਾਂ ਦੇ ਉੱਤੇ ਹੋਵੇ ਮਾਮਾ ਦੇ ਪੁੱਤ ਨਾਮਰਨ ਮਾਮਾ ਦੇ ਪੁੱਤ ਜੇ ਇੱਧਰ ਮਰਦੇ ਤਾਂ ਵੀ ਇੱਕ ਮਾਂ ਦਾ ਹੀ ਪੁੱਤ ਜਾਂਦਾ ਜੇ ਉੱਧਰ ਮਰਦੇ ਹੋ ਤਾਂ ਵੀ ਇੱਕ ਮਾਂ ਦੇ ਪੁੱਤ ਜਾਂਦਾ ਬਾਈ ਜਿਹੜੀ ਕੋਈ ਐਸੀ ਗੱਲ ਜਿਹੜੀ ਹਮੇਸ਼ਾ ਯਾਦ ਰਹੇਗੀ ਇੱਥੋਂ ਕੀ ਲੈ ਕੇ ਚੱਲੇਗਾ ਹਮੇਸ਼ਾ ਯਾਦ ਰਹੂਗਾ ਤੁਹਾਡਾ ਪਿਆਰ ਭਰਾਵਾਂ ਦਾ ਜਿਹੜੇ ਇੱਥੋਂ ਦੇ ਭਾਈ ਨੇ ਜਿੱਥੇ ਵੀ ਮਿਲਦੇ ਨੇ ਤੇ ਬਹੁਤ ਪਿਆਰ ਕਰਦੇ ਨੇ ਔਰ ਹੋਰ ਗੱਲ ਹੈ ਜੇ ਕਿਤੇ ਕੁਝ ਖਾ ਲਿਆ ਕੋਈ ਆਟੋ ਵਗੈਰਾ ਚ ਬੈਠ ਕੇ ਉਪੇਸੇ ਨਹੀਂ ਲੰਦੇ ਉਹ ਕਹਿ ਦਿੰਦੇ ਨੇ ਨਹੀਂ ਤੁਸੀਂ ਸਾਡੇ ਭਰਾ ਹੋ ਸਾਡੇ ਮਹਿਮਾਨ ਹੋ ਤੁਸੀਂ ਇੱਥੇ ਆਏ ਹੋ ਅਸੀਂ ਤੁਹ ਤੋਂ ਪੈਸੇ ਨਹੀਂ ਲੈਣੇ ਅਸੀਂ ਤੁਹਾਡੀ ਖਾਤਰ ਕਰਨੀਆਂ ਹੋਰ ਦੱਸੋ ਕੀ ਸੇਵਾ ਕਰੀਏ ਤੇ ਇਹ ਪਿਆਰ ਯਾਦ ਰਹੂਗਾ ਬਾਈ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੋਰ ਸਾਥੀਆਂ ਨੂੰ ਵੀ ਦੱਸਾਂਗੇ ਵੀ ਜੋ ਮਨ ਚ ਭਲੇਖੇ ਨੇ ਉਹ ਬਿਲਕੁਲ ਗਲਤ ਨੇ ਉੱਥੇ ਜਾ ਕੇ ਪਤਾ ਲੱਗਦਾ ਏ ਮੈਸੇਜ ਤਾਂ ਇਹੀ ਆ ਵੀ ਜਰੂਰ ਜਿਹੜੀ ਸਾਡੇ ਗੁਰੂਆਂ ਦੀ ਜਨਮ ਭੂਮੀ ਆ ਉੱਥੇ ਤੇ ਜਰੂਰ ਹਰ ਇੱਕ ਨੂੰ ਆਉਣਾ ਚਾਹੀਦਾ ਏ ਜ਼ਿਆਦਾਤਰ ਨੌਜਵਾਨ ਜੇ ਨੌਜਵਾਨ ਆਉਣਗੇ ਇਤਿਹਾਸ ਨੂੰ ਦੇਖਣਗੇ ਤਾਂ ਹੀ ਅੱਗੇ ਜਿਹੜੀ ਨੌਲੇਜ ਆ ਉਹ ਵਧੂਗੀ ਹਰ ਇੱਕ ਨੂੰ ਇੱਥੇ ਆ ਕੇ ਆਪਣੇ ਗੁਰੂਆਂ ਦੀ ਧਰਤੀ ਤੇ ਮੱਥਾ ਟੇਕਣਾ ਚਾਹੀਦਾ ਏ ਤੇ ਭਾਈਆਂ ਚ ਇੱਕ ਦੂਜੇ ਨੂੰ ਮਿਲ ਕੇ ਪਿਆਰ ਵਧਾਏ ਤੇ ਇਹਨਾਂ ਨੂੰ ਮਿਲਣਾ ਜਰੂਰ ਚਾਹੀਦਾ ਜਾਂਦੀ ਜਾਂਦੀ ਵਾਰ ਕੁਝ ਵੀ ਸੁਣਾ ਦਿਓ ਹੋ ਰੌਣਕ ਹੋ ਜੂ ਕਟ ਵੇ ਚੱਲ ਮੇਲੇ ਨੂੰ ਚੱਲੀਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤਜੋਰੀਆਂ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤਜੋਰੀਆਂ ਖਸਮਾਂ ਨੂੰ ਖਾਂਦਾਈ ਤੇਰਾ ਕਰ ਵੇ ਚੱਲ ਮੇਲੇ ਨੂੰ ਚੱਲੀਏ ਜੌਨਕ ਹੋ ਜੂ ਕਟ ਵੇ ਚੱਲ ਮੇਲੇ ਨੂੰ ਚੱਲੀਏ ਹਏ ਚੱਲ ਮੇਲੇ ਨੂੰ ਚੱਲੀਏ ਹੋ ਕੀ ਬਾਤ ਹੈ ਕਿੱਡਾ ਸੋਹਣਾ ਬਾਈ ਜੀ ਗਾਇਆ ਤੁਹਾਡੀਆਂ ਅੱਖਾਂ ਦੱਸਦੀਆਂ ਕਿ ਤੁਹਾਡਾ ਦਿਲ ਨਹੀਂ ਕਰਦਾ ਪਿਆ ਜਾਣ ਨੂੰ ਕਿਰਪਾ ਜੀ ਇਹ ਪਿਆਰ ਆ ਇਹ ਤੁਹਾਡਾ ਜਿਹੜਾ ਇਸ ਇੱਕ ਖਿੱਚ ਕੇ ਰੱਖਦਾ ਹੈ ਤੁਹਾਡਾ ਪਿਆਰ ਆ ਜਿਹੜਾ ਮਨ ਇਸੇ ਕਰਕੇ ਭਰਦਾ ਵਿਛੋੜੇ ਕਰਕੇ ਮਨ ਭਰਦਾ ਹੁੰਦਾ ਜਦੋਂ ਵਿਛੜਨ ਲੱਗਦਾ ਕੋਈ ਇੱਕ ਦੂਜੇ ਤੋਂ ਉਹ ਤਾਂ ਭਰਦਾ ਹੈ ਜੇ ਦਿਲਾਂ ਦੇ ਵਿੱਚ ਖਿੱਚ ਹੋਵੇ ਨਹੀਂ ਬਹੁਤ ਲੋਕ ਹੈਗੇ ਇੱਕ ਦੂਜੇ ਨੂੰ ਛੱਡ ਕੇ ਚਲੇ ਜਾਂਦੇ ਨੇ ਖੂਨ ਦੇ ਰਿਸ਼ਤੇ ਵੀ ਟੁੱਟ ਜਾਂਦੇ ਆ ਤੇ ਜਿਹੜੇ ਦੁਨਿਆਵੀ ਰਿਸ਼ਤੇ ਬਣਦੇ ਆ ਪਿਆਰ ਦੇ ਰਿਸ਼ਤੇ ਵੀ ਕਈ ਵਾਰੀ ਟੁੱਟ ਜਾਂਦੇ ਆ ਚੌਣਾ ਜਾਂਦੀ ਜਾਂਦੀ ਰੀ ਸੁਣਾ ਜੋ ਫੇਰ ਸਾਨੂੰ ਸੁਣਿਆ ਤੇ ਅਸੀਂ ਅੱਗੇ ਦੋ ਤਿੰਨ ਰੀ ਤੁਹਾਡੇ ਕੋਲ ਆ ਅੱਜ ਵੇਖ ਨਾਨਕਾ ਆਣ ਕੇ ਅੰਬਰ ਸਰ ਦੇ ਪਾਗ ਹਏ ਲਸ਼ਾਂ ਥੱਲੇ ਦਬ ਗਿਆ ਜਲਿਆ ਵਾਲਾ ਬਾਗ ਛਾਬੇ ਰਹਿ ਗਈਆਂ ਰੋਟੀਆਂ ਤੇ ਚੁੱਲ੍ਹੇ ਰਹਿ ਗਿਆ ਸਾਗ ਹੋ ਚਰਨ ਲਖਾਰੀ ਮੁੱਕ ਗਏ ਤੀਆਂ ਦੇ ਸੁਹਾਗ ਹੋ ਛਿੜੀਆਂ ਕਉਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਵਿਖਾਈ ਰੰਗਾ ਛਿੜੀਆਂ ਕਉਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਵਿਖਾਈ ਰੰਗਾ ਟੁੱਟੀਆਂ ਲਾਮ ਵੇਲੇ ਵੰਗਾ ਲਾਵਾਂ ਵੇਲੇ ਵੰਗਾ ਦਾਦੀ ਮਿੰਦਰ ਕੌਰ ਦੀਆਂ ਹਏ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਹੋ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਮੱਲੇ ਬੁਰਜ ਮਨਾਰੇ ਕਾਵਾ ਉਥੇ ਰਹਿ ਗਈਆਂ ਮੱਜਾਂ گاਵਾ ਹਏ ਮੱਲੇ ਬੁਰਜ ਮਨਾਰੇ ਕਾਵਾ ਉਥੇ ਰਹਿ ਗਈਆਂ ਮੱਜਾਂ گاਵਾ ਕਿੱਦਾਂ ਮੁਲਕ ਲੁਟਾਏ ਛਾਵਾ ਅੰਬਰ ਸਰ ਨੂੰ ਕਿਹੜੀਆਂ ਰਾਵਾ ਬੱਚੇ ਹਿੱਕ ਨਾਲ ਲਾ ਕੇ ਮਾਵਾ ਹਿੱਕ ਨਾਲ ਲਾ ਕੇ ਮਾਵਾ ਜਾਨ ਬਚਾ ਕੇ ਦੌੜਦੀਆਂ ਹਏ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਓ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਬਾਈ ਨੇ ਬਹੁਤ ਵਧੀਆ ਗਾਣਾ ਸੁਣਾਇਆ ਵਾ ਤੇ ਉਹ ਵੀ ਲਾਹੌਰ ਵਿੱਚ ਬਹਿ ਕੇ ਤੇ ਅਸੀਂ ਚਾਹੁੰਦੇ ਆ ਕਿ ਫੇਰ ਆਉਂਦੇ ਰਹਿਣ ਦਿਲ ਨਹੀਂ ਕਰਦਾ ਕਿ ਜਾਣ ਇੱਥੋਂ ਬਾਈ ਜੀ ਦਿਲ ਤਾਂ ਬਿਲਕੁਲ ਨਹੀਂ ਕਰਦਾ ਕਿਉਂਕਿ ਪਤਾ ਨਹੀਂ ਕਦੋਂ ਸਬਬ ਬਣਨ ਨਹੀਂ ਇੱਥੇ ਆਏ ਆ ਤੁਹਾਡੇ ਨਾਲ ਪਿਆਰ ਇੰਨਾ ਪੈ ਗਿਆ ਏ ਕਿ ਬਿਲਕੁਲ ਲੱਗ ਰਿਹਾ ਜਿੱਦਾਂ ਆਪਣੇ ਹੁੰਨੇਓ ਆਪਣੇ ਭਾਈਓ ਤੁਸੀਂ ਤੇ ਸਰਹੱਦਾ ਨੇ ਸਰਕਾਰਾਂ ਦੇ ਸਿਸਟਮ ਨੇ ਜਿਹੜੇ ਕਦੋਂ ਸਬੱਬ ਬਣਨਾ ਇਹ ਹੁਣ ਕੁਝ ਨਹੀਂ ਪਤਾ ਕਦੋਂ ਮੇਲੇ ਹੋਣੇ ਨੇ ਦਿਲ ਬਿਲਕੁਲ ਨਹੀਂ ਕਰਦਾ ਬਿਲਕੁਲ ਭਾਜੀ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਅਸੀਂ ਅਸੀਂ ਸੁਣਿਆ ਆਪਣੇ ਵੱਡਿਆਂ ਤੋਂ ਚੀਜ਼ਾਂ ਲਾਹੌਰ ਦੀਆਂ ਗੱਲਾਂ ਸੁਣੀਆਂ ਸਾਝੇ ਪੰਜਾਬ ਦੀਆਂ ਗੱਲਾਂ ਸੁਣੀਆਂ ਸੋ ਅੱਜ ਸਾਨੂੰ ਸਬੱਬ ਮਿਲਿਆ ਇੱਥੇ ਆਣ ਦਾ ਤੇ ਅਸੀਂ ਹੁਣ ਦੱਸਣ ਜੋਗੇ ਹੋ ਗਏ ਆ ਆਪਣੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਇਹ ਲਾਹੌਰ ਸ਼ਹਿਰ ਕਿਦਾਂ ਦਾ ਪਰਮਾਤਮਾ ਨੇ ਇੱਕ ਟਾਈਮ ਦਿੱਤਾ ਸਾਨੂੰ ਸਮਾਂ ਬਣਿਆ ਕਿ ਅਸੀਂ ਲਾਹੌਰ ਸ਼ਹਿਰ ਦੇਖਿਆ ਕਿਉਂਕਿ ਕਹਿੰਦੇ ਕਿ ਜਿਨ੍ਹਾਂ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ ਤੇ ਬਹੁਤ ਮੈਂ ਕਹਿੰਨਾ ਕਿਸਮਤ ਵਾਲੇ ਲੋਕਾਂ ਨੂੰ ਮੌਕਾ ਮਿਲਦਾ ਕਿਉਂਕਿ ਜਿੱਦਾਂ ਤੇ ਹੁਣ ਮਾਹੌਲ ਮਤਲਬ ਤੁਸੀਂ ਆਪਣੇ ਪੁਰਖਿਆਂ ਦੇ ਬਾਰੇ ਆਪਣੀ ਹਿਸਟਰੀ ਬਾਰੇ ਜਾਨਣਾ ਤੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪਾਕਿਸਤਾਨ ਜਾਓ ਤਾਂ ਫੇਰ ਹੀ ਪਤਾ ਲੱਗੇਗਾ ਕਿ ਤੁਸੀਂ ਕੌਣ ਹੋ ਆਖਿਰ ਤੇ ਕੋਈ ਗੀਤ ਸੁਣਾਓ ਬੀਤ ਜਾਣੀਆਂ ਏ ਰੁਤਾਹਾਨੀਆਂ ਜੇ ਨਮਣੀਆਂ ਤੇ ਟੋਲਦਾਰੀ ਚਲੇ ਜਾਵਾਂਗੇ ਨਾ ਮੁੜਾਂਵਾਂਗੇ ਵਾਰੋਵਰੀ ਦਰ ਆਵੇਂ ਖੋਲਦਾਰ ਵੀ ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ ਜੇ ਨਮਣੀਆਂ ਤੇ ਟੋਲਦਾਰ ਵੀ ਵਾਹ ਜੀ ਕੀ ਬਾਤ ਹੈ ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋ ਇਜਾਜ਼ਤ ਚਾਹਾਂਗੇ ਲੈ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਹੀ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਸੋ ਰਬ ਰੱਖਾ ਜੀ ਜੀਉਂਦੇ ਵਾਸਤੇ ਰਹਿਓ